ਸਤਿ ਸ਼੍ਰੀ ਅਕਾਲ ਜੀ, ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ। ਅਰਸ਼ਦੀਪ ਕਲੇਰ ਨੇ ਘੇਰੀ ਪੰਜਾਬ ਸਰਕਾਰ, ਜਲਾਲਾਬਾਦ ਕਾਂਡ ਨੂੰ ਲੈ ਕੇ ਕੀਤੇ ਤਿੱਖੇ ਸਵਾਲ, ਪੰਜਾਬ ਸਰਕਾਰ ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ। ਜਲਾਲਾਬਾਦ ਗੋਲੀ ਕਾਂਡ ਦੀ ਆਪ ਬੁਲਾਰੇ ਨੇ ਕੀਤੀ ਨਿਖੇਧੀ, ਵਿਰੋਧੀਆਂ ਦੇ ਵੱਲੋਂ ਲਾਏ ਗਏ ਗੁੰਡਾਗਰਦੀ ਦੇ ਦੋਸ਼ਾਂ ਦਾ ਦਿੱਤਾ ਜਵਾਬ। ਆਮ ਆਦਮੀ ਪਾਰਟੀ ਨੇ ਕੀਤੀ ਪ੍ਰੈਸ ਕਾਨਫਰੰਸ, ਕਾਨਫਰੰਸ ਦੇ ਵਿੱਚ ਨਾਮਜ਼ਦਗੀ ਭਰਨ ਨੂੰ ਲੈ ਕੇ ਹੋਈ ਚਰਚਾ, ਮਾਲਵਿੰਦਰ ਕੰਗ ਨੇ ਪੇਸ਼ ਕੀਤੇ ਅੰਕੜੇ। ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਅਫਸਰਾਂ ਨੂੰ ਚੇਤਾਵਨੀ, ਕਿਹਾ ਜੇਕਰ ਐਫੀਡੇਵਿਟ ਠੀਕ ਢੰਗ ਦੇ ਨਾਲ ਨਾ ਭਰਿਆ ਗਿਆ ਤਾਂ ਕਰਾਂਗੇ ਹਾਈਕੋਰਟ ਦਾ ਰੁਖ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਜਲਾਲਾਬਾਦ ਕਾਂਡ ਨੂੰ ਲੈ ਕੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪ ਉੱਤੇ ਜੰਮ ਕੇ ਨਿਸ਼ਾਨੇ ਵੀ ਨੇ ਅਤੇ ਕਿਹਾ ਕਿ ਆਪ ਸਰਕਾਰ ਦੇ ਵੱਲੋਂ ਅਕਾਲੀ ਆਗੂਆਂ 'ਤੇ ਝੂਠੇ ਦੋਸ਼ ਲਗਾ ਕੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਕਲੇਰ ਨੇ ਕਿਹਾ ਕਿ ਜੇਕਰ ਅਕਾਲੀ ਆਗੂਆਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਤਾਂ ਆਪ ਦੇ ਵੱਲੋਂ ਗੋਲੀ ਚਲਾਉਣ ਦੀ ਵੀਡੀਓ ਸਾਂਝੀ ਕੀਤੀ ਜਾਵੇ। ਬੀਤੇ ਦਿਨੀ ਪੰਚਾਇਤੀ ਚੋਣਾਂ ਨੂੰ ਲੈ ਕੇ ਜਲਾਲਾਬਾਦ ਦੇ ਬੀਜੇਪੀ ਵਿੱਚ ਅਕਾਲੀ ਦਲ ਅਤੇ ਆਪ ਵਰਕਰਾਂ 'ਚ ਹੋਈ ਝੜਪ ਅਤੇ ਫਾਇਰਿੰਗ ਦਾ ਮੁੱਦਾ ਭਖਦਾ ਜਾ ਰਿਹਾ ਹੈ। ਸਾਰੇ ਮਾਮਲੇ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪ ਨੂੰ ਘੇਰਿਆ। ਕਲੇਰ ਦਾ ਕਹਿਣਾ ਕਿ ਪੰਚਾਇਤੀ ਚੋਣਾਂ ਦੌਰਾਨ ਆਪ ਸਰਕਾਰ ਅਤੇ ਆਪ ਵਿਧਾਇਕਾਂ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਕਲੇਰ ਨੇ ਕਿਹਾ ਕਿ ਅਕਾਲੀ ਆਗੂਆਂ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਜਿਸ ਦੇ ਨਾਲ ਆਪ ਉਮੀਦਵਾਰ ਜ਼ਖਮੀ ਹੋਇਆ। ਉਹਨਾਂ ਕਿਹਾ ਕਿ ਜੇਕਰ ਨੋਨੀ ਮਾਨ ਅਤੇ ਬੋਬੀ ਮਾਨ ਨੇ ਗੋਲੀਆਂ ਚਲਾਈਆਂ ਨੇ ਤਾਂ ਇਸ ਘਟਨਾ ਦੀ ਵੀਡੀਓ ਦਿਖਾਈ ਜਾਵੇ। ਕਲੇਰ ਨੇ ਆਪ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਆਪ ਵੱਲੋਂ ਅਕਾਲੀ ਲੀਡਰਾਂ ਉੱਤੇ ਝੂਠੇ ਦੋਸ਼ ਲਗਾ ਕੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਧੇਰੇ ਪਿੰਡਾਂ 'ਚ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਸਰਪੰਚੀਆਂ ਵੇਚੀਆਂ ਜਾ ਰਹੀਆਂ ਨੇ। ਪੰਚਾਇਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਦੇ ਵਿਧਾਇਕਾਂ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਕੀਤੀਆਂ। ਪਰ ਪੰਚਾਇਤਾਂ ਦੀਆਂ ਬੋਲੀਆਂ ਲਾ ਕੇ ਆਪਦੇ ਨਜ਼ਦੀਕੀਆਂ ਨੂੰ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਧੱਕੇ ਨਾਲ ਸਰਪੰਚੀਆਂ 'ਤੇ ਕਾਬਜ਼ ਕਰਾਇਆ ਜਾ ਰਿਹਾ। ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਜਾਂ ਤਾਂ ਨਾਮਜ਼ਦਗੀ ਪੱਤਰ ਫਾੜ ਕੇ ਹੀ ਸਿੱਟ ਦਿੱਤੇ ਜਾਂ ਨਾਮਜ਼ਦਗੀ ਪੱਤਰ ਰੱਦ ਕਰਾਇਆ ਜਾ ਰਿਹਾ। ਮੇਰਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਤੇ ਇਹਨਾਂ ਦੇ ਵਿਧਾਇਕਾਂ ਨੂੰ ਸਿੱਧਾ ਸਵਾਲ ਹੈ ਕਿ ਅਗਰ ਇਸੇ ਤਰੀਕੇ ਦੇ ਨਾਲ ਧੱਕੇਸ਼ਾਹੀਆਂ ਕਰਨੀਆਂ ਨੇ ਫਿਰ ਚੋਣਾਂ ਕਰਾਉਣ ਦਾ ਫਾਇਦਾ ਕੀ? ਤੁਸੀਂ ਆਪਦੇ ਨਜ਼ਦੀਕੀਆਂ ਨੂੰ ਪੈਸੇ ਲੈ ਕੇ ਸਿੱਧਾ ਹੀ ਸਰਪੰਚੀਆਂ 'ਤੇ ਨਾਮਜ਼ਦ ਕਰ ਦਿਓ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਹੈ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਛੱਡ ਕੇ ਪਿੰਡ ਦੇ ਵਿੱਚ ਜਿੰਨੇ ਉਮੀਦਵਾਰ ਨੇ ਸਾਰਿਆਂ ਦੇ ਨਾਮਜ਼ਦਗੀ ਪੱਤਰ ਰੱਦ ਕਰਾਏ ਜਾ ਰਹੇ। ਔਰ ਜੋ ਕੱਲ੍ਹ ਚੱਕ ਸੁਹੇਲੇ ਵਾਲੇ ਦੀ ਘਟਨਾ ਜਿਹਦੇ 'ਤੇ ਆਮ ਆਦਮੀ ਪਾਰਟੀ ਵੱਡੇ ਵੱਡੇ ਬਿਆਨ ਦੇ ਰਹੀ ਹੈ ਔਰ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਬੋਬੀ ਮਾਨ ਅਤੇ ਨੋਨੀ ਮਾਨ ਉਹਨਾਂ 'ਤੇ ਝੂਠਾ ਪਰਚਾ ਦਰਜ ਕੀਤਾ, ਉੱਥੇ ਦਾ ਵੀ ਇਸੇ ਤਰੀਕੇ ਦਾ ਮਸਲਾ, ਕਿਉਂਕਿ ਉਸ ਪਿੰਡ ਦੇ ਵਿੱਚ 5 ਜਣਿਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇੱਕ ਹੈ ਹਰਪਿੰਦਰ ਸਿੰਘ ਜਿਹੜਾ ਨੋਨੀ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉੱਥੋਂ ਵਿਧਾਇਕ ਦੀ ਚੋਣ ਲੜਦੇ ਨੇ ਉਹਨਾਂ ਦਾ ਬੇਟਾ, ਫਿਰ ਹੈ ਗੁਰਾਦੇਸ਼ਵਰ ਸਿੰਘ ਜਿਹੜੇ ਬੋਬੀ ਮਾਨ ਦਾ ਬੇਟਾ ਜਿਹੜੇ ਕਿ ਹੁਣੀ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਨੇ, ਇੱਕ ਸਰਦਾਰ ਸੁਰਜੀਤ ਸਿੰਘ ਹੈ, ਮਨਪ੍ਰੀਤ ਕੌਰ ਹੈ, ਪਰ ਇਹ ਸਾਰਿਆਂ ਦੇ ਨਾਮਜ਼ਦਗੀ ਪੱਤਰ ਰੱਦ ਕਰਕੇ ਜਿਹੜਾ ਗੋਲਡੀ ਕੰਬੋਜ ਜਿਹੜਾ MLA ਜਲਾਲਾਬਾਦ ਦਾ ਜਿਹੜਾ ਉਹਦਾ ਖਾਸਮ ਖਾਸ ਹੈ ਗੁਰਪ੍ਰੀਤ ਸਿੰਘ ਕੱਲਾ ਉਹਨੂੰ ਨਿਰਵਿਰੋਧ ਸਰਪੰਚ ਚੁਣਿਆ ਗਿਆ ਔਰ ਉਸ ਤੋਂ ਬਾਅਦ ਇਸ ਤਰੀਕੇ ਦੀ ਧੱਕੇਸ਼ਾਹੀ ਕਿ ਝੂਠੇ ਮੁਕੱਦਮੇ ਦਰਜ ਕਰਦੇ ਨੇ। ਮੇਰਾ ਸਿੱਧਾ ਆਮ ਆਦਮੀ ਪਾਰਟੀ ਨੂੰ ਚੈਲੇਂਜ ਹੈ ਕਿ ਇਹ BDO ਦਫ਼ਤਰ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਗੋਲੀ ਚਲਾਈ, ਕਿਉਂਕਿ ਇਲਜ਼ਾਮ ਨੇ ਕਿ ਨੋਨੀ ਮਾਨ ਅਤੇ ਬੋਬੀ ਮਾਨ ਨੇ ਗੋਲੀ ਚਲਾਈ ਹੈ। ਕੋਈ ਵੀਡੀਓ ਦਿਖਾਓ ਜਿੱਥੇ ਗੋਲੀ ਚੱਲ ਰਹੀ ਹੋਵੇ। ਇਹ ਅੱਜ ਪੰਜਾਬ ਦੇ ਅਸਲ ਹਾਲਾਤ ਨੇ। ਸੋ ਕਿਰਪਾ ਕਰਕੇ ਇਹ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈ ਆਮ ਆਦਮੀ ਪਾਰਟੀ,
ਇਹ ਨਿਕੰਮੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਅੱਜ ਇਹਦਾ ਵਿਰੋਧ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਕਰਨਾ ਬੇਹੱਦ ਜ਼ਰੂਰੀ ਹੋ ਗਿਆ। ਜਿੱਥੇ ਅਰਸ਼ਦੀਪ ਕਲੇਰ ਨੇ ਪੰਜਾਬ ਸਰਕਾਰ ਉੱਤੇ ਦੋਸ਼ ਲਗਾਉਂਦੇ ਹੋਏ ਤਿੱਖੇ ਸਵਾਲ ਕੀਤੇ ਨੇ, ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਕੀ ਪਲਟਵਾਰ ਕਰਦੀ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਬੀਤੇ ਦਿਨੀ ਪੰਚਾਇਤੀ ਚੋਣਾਂ ਨੂੰ ਲੈ ਕੇ ਜਲਾਲਾਬਾਦ ਦੇ BDPO ਦਫ਼ਤਰ ਦੇ ਵਿੱਚ ਹੋਈ ਫਾਇਰਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਵੱਡਾ ਬਿਆਨ ਸਾਹਮਣੇ ਆਇਆ। ਇਸ ਦੌਰਾਨ ਨੀਲ ਗਰਗ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਚੋਣ ਕਮਿਸ਼ਨ ਤੋਂ ਨਿਰਪੱਖ ਚੋਣ ਦੀ ਮੰਗ ਕੀਤੀ ਹੈ, ਤਾਂ ਉੱਥੇ ਹੀ ਉਹਨਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਆਪ ਉੱਤੇ ਗੁੰਡਾਗਰਦੀ ਦੇ ਲਗਾਏ ਜਾ ਰਹੇ ਦੋਸ਼ਾਂ ਉੱਤੇ ਵੀ ਪਲਟਵਾਰ ਕੀਤਾ ਹੈ। ਬੀਤੇ ਦਿਨੀ ਜਲਾਲਾਬਾਦ ਦੇ BJP ਦਫ਼ਤਰ 'ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ 'ਚ ਝੜਪ ਅਤੇ ਗੋਲੀਆਂ ਚਲਾਉਣ ਦੌਰਾਨ ਜਲਾਲਾਬਾਦ 'ਚ ਸਰਪੰਚ ਉਮੀਦਵਾਰ ਉੱਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਵੱਡਾ ਬਿਆਨ ਸਾਹਮਣੇ ਆਇਆ, ਜਿਹਦੇ ਵਿੱਚ ਉਹਨਾਂ ਕਿਹਾ ਕਿ ਜਲਾਲਾਬਾਦ 'ਚ ਸਰਪੰਚੀ ਲਈ ਖੜ੍ਹੇ ਉਮੀਦਵਾਰ ਉੱਤੇ ਗੋਲੀਆਂ ਚਲਾਈਆਂ ਗਈਆਂ, ਜੋ ਕਿ ਬਹੁਤ ਹੀ ਸ਼ਰਮਨਾਕ ਕਰਤੂਤ ਹੈ ਅਤੇ ਉਮੀਦਵਾਰ ਦੀ ਹਾਲਤ ਇੰਨੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਕਿ ਉਸਨੂੰ ਲੁਧਿਆਣਾ ਦੇ DMC ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਨੀਲ ਗਰਗ ਨੇ ਅੱਗੇ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਉੱਤੇ ਗੁੰਡਾਗਰਦੀ ਕਰਨ ਦੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ, ਜਦਕਿ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਅਸਲੀ ਗੁੰਡਾਗਰਦੀ ਕੌਣ ਕਰ ਰਿਹਾ ਹੈ। 3-4 ਦਿਨਾਂ ਤੋਂ ਲਗਾਤਾਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ। ਉਹ ਕਹਿ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਵਾਲੇ ਵਿਰੋਧੀ ਪਾਰਟੀਆਂ ਨੂੰ ਫਾਰਮ ਨਹੀਂ ਭਰਨ ਦੇ ਰਹੇ, ਗੁੰਡਾਗਰਦੀ ਕਰ ਰਹੇ ਨੇ। ਦੂਸਰੇ ਬੰਦੇ ਜਿਹੜੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਸੀ, ਉਹਨਾਂ ਨੂੰ ਡਰਾ ਰਹੇ ਸੀ, ਉਹਨਾਂ ਨੂੰ ਧਮਕਾ ਰਹੇ ਸੀ। ਅਸੀਂ ਉਦੋਂ ਵੀ ਕਿਹਾ ਸੀ ਕਿ ਕਿਸੇ ਨੂੰ ਡਰਾਉਣਾ, ਕਿਸੇ ਨੂੰ ਧਮਕਾਉਣਾ ਜਾਂ ਗੁੰਡਾਗਰਦੀ ਕਰਨਾ ਇਹ ਆਮ ਆਦਮੀ ਪਾਰਟੀ ਦਾ ਕਲਚਰ ਨਹੀਂ ਹੈ। ਅਸੀਂ ਲੋਕਤੰਤਰੀ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਹਾਂ, ਲੇਕਿਨ ਅੱਜ ਤੁਹਾਡੇ ਸਾਹਮਣੇ ਹੈਗੇ, ਅੱਜ ਤੁਸੀਂ ਦੇਖ ਰਹੇ ਹੋ ਕਿ ਗੁੰਡਾਗਰਦੀ ਕੌਣ ਕਰਦਾ। ਅੱਜ ਜਲਾਲਾਬਾਦ ਦੇ BDPO ਦਫ਼ਤਰ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ 'ਤੇ ਗੋਲੀ ਮਾਰੀ ਗਈ, ਉਹ ਬਹੁਤ ਸੀਰੀਅਸ ਕੰਡੀਸ਼ਨ 'ਚ ਹੈਗਾ। ਉਹ ਇੰਨੀ ਸੀਰੀਅਸ ਕੰਡੀਸ਼ਨ 'ਚ ਉਹਨੂੰ DMC ਲੁਧਿਆਣੇ ਰੈਫਰ ਕਰਨਾ ਪੈ ਗਿਆ। ਹੁਣ ਪੰਜਾਬ ਦੇ ਲੋਕ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਗੁੰਡਾਗਰਦੀ ਕੌਣ ਕਰਦਾ, ਕਿੰਨਾ ਦਾ ਕ੍ਰਿਮੀਨਲ ਮਾਇੰਡ ਹੈਗਾ, ਕਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗੈਂਗਸਟਰ ਪੈਦਾ ਕੀਤੇ। ਪੰਜਾਬ ਦੇ ਲੋਕਾਂ ਤੋਂ ਕੁਝ ਭੁੱਲਿਆ ਨਹੀਂ ਹੈਗਾ, ਔਰ ਪੰਜਾਬ ਦੇ ਲੋਕ ਇਹਨਾਂ ਪੰਚਾਇਤੀ ਚੋਣਾਂ 'ਚੋਂ ਇਹੋ ਜਿਹੇ ਕ੍ਰਿਮੀਨਲ ਮਾਇੰਡ ਦੇ ਲੋਕਾਂ ਤੋਂ ਬਦਲਾ ਲੈਣਗੇ, ਬਿਲਕੁਲ ਵੋਟ ਦੇ ਨਾਲ ਬਦਲਾ ਲੈਣਗੇ। ਅਸੀਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਉਸ ਦਿਨ ਵੀ ਅਸੀਂ ਕਹਿ ਕੇ ਆਏ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਬਿਲਕੁਲ ਨਿਰਪੱਖ ਹੋਣੀਆਂ ਚਾਹੀਦੀਆਂ ਨੇ, ਔਰ ਜਿੱਥੇ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਹੈ ਉੱਥੇ ਇਲੈਕਸ਼ਨ ਕਮਿਸ਼ਨ ਸਿਕਿਉਰਿਟੀ ਦੇਵੇ। ਅਸੀਂ ਇੱਕ ਵਾਰੀ ਫਿਰ ਕਹਿੰਦੇ ਹੈਗੇ ਹਾਂ, ਆਮ ਆਦਮੀ ਪਾਰਟੀ ਨੇ ਨਾ ਕਿਸੇ ਨੂੰ ਫਾਰਮ ਭਰਨ ਨੂੰ ਰੋਕਿਆ ਹੈਗਾ, ਨਾ ਕਿਸੇ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਹੈਗਾ। ਆਮ ਆਦਮੀ ਪਾਰਟੀ ਨਿਰਪੱਖ ਜਿਹੜੀਆਂ ਚੋਣਾਂ ਕਰਾਉਣੀ ਚਾਹੁੰਦੀ ਹੈ, ਅਤੇ ਅਸੀਂ ਵਿਰੋਧੀ ਪਾਰਟੀ ਨੂੰ ਇਹ ਤਾੜਨਾ ਕਰਦੇ ਹਾਂ, ਇਹੋ ਜਿਹੀ ਗੁੰਡਾਗਰਦੀ ਨਾ ਕਰੋ, ਇਹ ਲੋਕਤੰਤਰ ਵਾਸਤੇ ਠੀਕ ਨਹੀਂ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਵਿਰੋਧੀਆਂ ਨੂੰ ਤਾੜਦੇ ਹੋਏ ਇਲੈਕਸ਼ਨ ਕਮਿਸ਼ਨ ਤੋਂ ਨਿਰਪੱਖ ਚੋਣਾਂ ਦੀ ਮੰਗ ਕਰਵਾਉਣ ਦੀ ਅਪੀਲ ਕੀਤੀ ਗਈ ਹੈ, ਤਾਂ ਉੱਥੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਪੰਚਾਇਤੀ ਚੋਣਾਂ ਸੁਚੱਜੇ ਢੰਗ ਦੇ ਨਾਲ ਨੇਪਰੇ ਚੜ੍ਹਦੀਆਂ ਨੇ ਜਾਂ ਫਿਰ ਨਹੀਂ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਿਲਸਿਲਾ ਖਤਮ ਹੋ ਚੁੱਕਿਆ। ਨਾਮਜ਼ਦਗੀ ਪੱਤਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਅੰਕੜੇ ਪੇਸ਼ ਕੀਤੇ ਨੇ।
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਹੋਈਆਂ ਨਾਮਜ਼ਦਗੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਪੰਚਾਂ ਸਰਪੰਚਾਂ ਨੇ ਕਾਗਜ਼ ਦਾਖਲ ਕੀਤੇ ਨੇ। ਮਾਲਵਿੰਦਰ ਸਿੰਘ ਕੰਗ ਨੇ 2018 ਦੇ ਅੰਕੜਿਆਂ ਦਾ ਜ਼ਿਕਰ ਵੀ ਕੀਤਾ ਹੈ। ਕੰਗ ਦਾ ਕਹਿਣਾ ਹੈ ਕਿ ਸਰਪੰਚੀ ਦੇ ਲਈ 52,825 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਨੇ, ਜਦਕਿ ਪੰਚਾਂ ਦੇ ਲਈ 1,66,338 ਨਾਮਜ਼ਦਗੀ ਪੱਤਰ ਆਏ ਨੇ। ਲੇਕਿਨ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਟ੍ਰਾਂਸਪੇਰੈਂਸੀ ਨਾਲ ਲੋਕਾਂ ਦੇ ਜਮਹੂਰੀਅਤ ਹੱਕਾਂ ਨੂੰ ਆਜ਼ਾਦੀ ਦਿੰਦੇ ਹੋਏ ਕੋਸ਼ਿਸ਼ ਕੀਤੀ ਆ ਕਿ ਹਰੇਕ ਬੰਦਾ ਲੋਕਤੰਤਰ ਦੇ ਇਸ ਅਹਿਮ ਮੇਲੇ ਵਿੱਚ ਆਪਣੀ ਪਾਰਟੀਸਪੇਸ਼ਨ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੈ ਤੋਂ, ਬਿਨਾਂ ਕਿਸੇ ਦਬਾਅ ਤੋਂ ਕਰੇ, ਇਹ ਅਸੀਂ ਇਨਸ਼ੋਰ ਕੀਤਾ। ਔਰ ਜਿਹੜੇ ਕੱਲ ਨੋਮੀਨੇਸ਼ਨ ਪੇਪਰ ਆਏ ਆ ਉਹਦੇ ਅੰਕੜੇ ਇਹ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਵੱਡੇ ਦਿਨ ਨਾਲ ਜਮਹੂਰੀਅਤ ਹੱਕਾਂ ਦਾ ਰਾਖਾ ਬਣਦੇ ਹੋਏ ਆਮ ਲੋਕਾਂ ਨੂੰ ਇਹਦੇ 'ਚ ਪਾਰਟੀਸਪੇਟ ਕਰਨ ਦੀ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਉਹਨੂੰ ਪ੍ਰੋਟੈਕਟ ਕੀਤਾ ਹੈ। ਨਾਲ ਨਾਲ ਜਿਹੜੀ ਅਕਾਲੀ ਭਾਜਪਾ ਔਰ ਕਾਂਗਰਸ ਦੀ ਗੁੰਡਾਗਰਦੀ ਵਾਲੀ ਰਵਾਇਤ ਹੈ ਉਹਦੇ ਵਿਕਟਮਾਈਜੇਸ਼ਨ ਜਿਹੜੀ ਆ ਜਾਂ ਉਹਦੇ ਵਿਕਟਮ ਹੈ ਉਹ ਆਮ ਆਦਮੀ ਪਾਰਟੀ ਹੋਈ ਇਸ ਇਲੈਕਸ਼ਨ 'ਚ। ਦੋਨੋਂ ਪਹਿਲੂ ਆ, ਇੱਕ ਪਾਸੇ ਲੋਕਾਂ ਦੀ ਪਾਰਟੀਸਪੇਸ਼ਨ। ਜੇ ਮੈਂ ਪਾਰਟੀਸਪੇਸ਼ਨ ਦੀ ਗੱਲ ਕਰਾਂ ਤਾਂ 2018 ਦੇ ਕੰਪੈਰੇਟਿਵਲੀ ਇਸ ਵਾਰ ਨੋਮੀਨੇਸ਼ਨ 2018 ਸਰਪੰਚ ਦੇ ਕੈਂਡੀਡੇਟਾਂ ਲਈ ਨੋਮੀਨੇਸ਼ਨ ਪੇਪਰ ਤਕਰੀਬਨ 48,111 ਆਏ ਸੀ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸਰਪੰਚੀ ਵਾਸਤੇ ਨੋਮੀਨੇਸ਼ਨ ਪੇਪਰਾਂ ਦਾ ਅੰਕੜਾ ਵੱਧ ਕੇ 52,825 ਹੋਇਆ। ਅਸੀਂ ਕਿਸੇ ਨੂੰ ਰੋਕਿਆ ਨਹੀਂ। ਜੇ ਨੰਬਰ ਆਫ ਪੰਚਸ ਦੇ ਨੋਮੀਨੇਸ਼ਨ ਪੇਪਰਾਂ ਦੀ ਗੱਲ ਕਰੀਏ ਤੇ 2018 'ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ 1,62,383 ਲੋਕਾਂ ਨੇ ਪੰਚ ਬਣਨ ਵਾਸਤੇ ਨੋਮੀਨੇਸ਼ਨ ਕੀਤੇ ਸੀ। ਕੰਪੈਰੇਟਿਵਲੀ ਭਗਵੰਤ ਮਾਨ ਜੀ ਦੀ ਸਰਕਾਰ 'ਚ ਪੰਚ ਬਣਨ ਵਾਸਤੇ 1,66,338 ਲੋਕਾਂ ਨੇ ਨੋਮੀਨੇਸ਼ਨ ਅਕਾਲੀ ਫਿਲ ਕੀਤੇ ਆ ਬਿਨਾਂ ਕਿਸੇ ਡਰ ਤੋਂ ਭੈ ਤੋਂ ਆਜ਼ਾਦਾਨਾ ਤਰੀਕੇ ਨਾਲ ਵੱਧ ਤੋਂ ਵੱਧ ਪਾਰਟੀਸਪੇਸ਼ਨ ਕੀਤੀ। ਇੱਕ ਗੱਲ ਤਾਂ ਇਹ ਆ ਕਿ ਇਨਕਰੇਜਮੈਂਟ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤੀ, ਮਾਨ ਸਾਹਿਬ ਦੀ ਸਰਕਾਰ ਨੇ, ਕਿ ਲੋਕ ਪਾਰਟਿਸਪੇਟ ਕਰਨ। ਹਾਲਾਂਕਿ ਸੂਬੇ ਦੇ ਵਿੱਚ ਕਈ ਪਿੰਡਾਂ 'ਚ ਸਰਵਸੰਮਤੀ ਦੇ ਨਾਲ ਵੀ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਹੁਣ 15 ਅਕਤੂਬਰ ਨੂੰ ਚੋਣਾਂ ਹੋਣਗੀਆਂ। 15 ਅਕਤੂਬਰ ਨੂੰ ਹੀ ਨਤੀਜੇ ਵੀ ਆ ਜਾਣਗੇ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਗਲਤ ਐਫੀਡੇਵਿਟ ਜਾਰੀ ਕਰਨ ਨੂੰ ਲੈ ਕੇ ਅਫਸਰਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਐਫੀਡੇਵਿਟ ਦੇ ਵਿੱਚ ਕੀਤੀਆਂ ਗਲਤੀਆਂ ਨੂੰ ਦਰੁਸਤ ਨਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਆਰ ਓ ਬੀ ਡੀ ਓ ਅਫਸਰਾਂ ਖਿਲਾਫ਼ ਹਾਈਕੋਰਟ ਦਾ ਰੁੱਖ ਕੀਤਾ ਜਾਵੇਗਾ।
ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਲਗਾਤਾਰ ਭਖਦਾ ਦਿਖਾਈ ਦੇ ਰਿਹਾ ਹੈ। ਅੱਜ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀਆਂ ਭਰਨ ਸਮੇਂ ਐਫੀਡੇਵਿਟ ਵਿੱਚ ਹੋ ਰਹੇ ਘਪਲੇ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਵਿਧਾਇਕ ਤੇ ਪਾਰਟੀ ਆਗੂ ਆਪਣੇ ਸਰਪ੍ਰਸਤਾਂ ਨੂੰ ਖੁਸ਼ ਕਰਨ ਦੇ ਲਈ ਵੱਡੀਆਂ ਚਾਲਾਂ ਚੱਲ ਰਹੇ ਨੇ। ਉਹਨਾਂ ਕਿਹਾ ਕਿ ਮੌਜੂਦਾ ਪਾਰਟੀ ਦੇ ਆਗੂਆਂ ਦੇ ਵੱਲੋਂ ਆਰਓ ਤੇ ਬੀਡੀਓ ਦਫ਼ਤਰ ਉੱਤੇ ਕਬਜ਼ਾ ਕਰ ਲਿੱਤਾ ਗਿਆ। ਉਹਨਾਂ ਦੇ ਵੱਲੋਂ ਐਫੀਡੇਵਿਟ ਵਿੱਚ ਗਲਤ ਵੇਰਵਾ ਦਿੱਤਾ ਗਿਆ ਤੇ ਉਹ ਹੁਣ ਇਸ ਖਿਲਾਫ ਕੱਲ ਹਾਈ ਕੋਰਟ ਦਾ ਰੁਖ ਕਰਨਗੇ। ਇਹ ਬਹੁਤ ਮਾੜੀਆਂ ਰੀਤਾਂ ਜਿਹੜੀਆਂ ਸਰਕਾਰ ਨੇ ਪਾਤੀਆਂ ਤੇ ਬੜੀ ਬੇਸ਼ਰਮੀ ਦੇ ਨਾਲ ਪਾਈਆਂ। ਦੇਖੋ ਕਿਵੇਂ ਕਹਿੰਦੇ ਨੇ ਖੁੱਲ ਕੇ ਵੀ ਅਸੀਂ ਤਾਂ ਜੀ ਬੜੀਆਂ ਸਾਫ ਸੁਥਰੀਆਂ ਚੋਣਾਂ ਕਰਵਾ ਰਹੇ ਹਾਂ। ਇੱਕੋ ਰੀਜ਼ਨ ਆ, ਮੈਂ ਤਾਂ ਹੁਣ ਪਟਿਆਲੇ ਦੇ ਹੋਰ ਹਲਕਿਆਂ ਦੇ ਵੀ ਦੇਖ ਰਿਹਾ ਸੀ, ਇੱਕੋ ਰੀਜ਼ਨ ਵੀ ਇਨਕਰੋਚਮੈਂਟ ਇਨਕਰੋਚਮੈਂਟ ਇਨਕਰੋਚਮੈਂਟ। ਐਡਾ ਪੰਜਾਬ ਪੰਚਾਇਤੀ ਜ਼ਮੀਨਾਂ ਤੇ ਬੈਠਾ ਯਾਰ, ਕਮਾਲ ਦੀ ਗੱਲ ਆ, ਤੁਸੀਂ ਕੀ ਕਰ ਰਹੇ ਹੋ ਫਿਰ? ਤੇ ਐਫੀਡੈਵਿਟ ਜੇ ਇੰਨੇ ਪੰਜਾਬ ਨੇ ਗਲਤ ਦੇਤੇ, ਇੰਨੇ ਲੋਕਾਂ ਨੇ ਗਲਤ ਐਫੀਡੈਵਿਟ ਦੇਤੇ, ਫਿਰ ਜਾਂ ਤਾਂ ਇਹ ਕਾਰਵਾਈ ਹੋਣੀ ਚਾਹੀਦੀ ਆ ਜਾਂ ਉਹਨਾਂ ਦੇ ਘਾੜੀਆਂ ਤੇ ਹੋਣੀ ਚਾਹੀਦੀ ਆ। ਮੈਂ ਨਿੱਜੀ ਮੇਰਾ ਕੋਈ ਕਿਸੇ ਨਾਲ ਉਹ ਨਹੀਂ, ਪਰ ਜੇ ਅਸੀਂ ਨਾ ਹੁਣ ਅੱਜ ਏਡੀਸੀ ਜਿਹੜੇ ਨੋਡਲ ਅਫਸਰ ਨੇ ਉਹਨਾਂ ਨੂੰ ਅਸੀਂ ਕੰਪਲੇਂਟ ਪਾਉਣ ਲੱਗੇ ਹਾਂ, ਜੇ ਕੋਈ ਕਾਰਵਾਈ ਨਾ ਹੋਈ ਤਾਂ ਕੱਲ ਹਾਈ ਕੋਰਟ ਜਾਵਾਂਗੇ ਅਸੀਂ। ਮੈਂ ਹਾਈ ਕੋਰਟ ਕਿਸੇ ਨਿੱਜੀ ਮਫਾਦ ਲਈ ਨਹੀਂ ਜਾ ਰਿਹਾ ਹੈਗਾ, ਹਾਈ ਕੋਰਟ ਮੈਂ ਤਾਂ ਜਾ ਰਿਹਾ ਕੱਲ ਨੂੰ, ਕਿਉਂਕਿ ਕੱਲ ਨੂੰ ਸਰਕਾਰਾਂ ਬਦਲਣੀਆਂ, ਇਹ ਸਰਕਾਰ ਤਾਂ ਬਦਲ ਜਾਣੀਆਂ ਜਗ ਜਾਣਦਾ, ਪਰ ਜਿਹੜੀ ਅਗਲੀ ਸਰਕਾਰ ਆਉਣੀ ਆ ਉਸ ਸਰਕਾਰ ਦੇ ਉਸ ਪਾਰਟੀ ਦੇ ਵਰਕਰਾਂ ਨੇ ਫਿਰ ਕਹਿਣਾ ਵੀ ਹੁਣ ਸਾਡੇ ਲਈ ਵੀ ਇਹ ਕੁਛ ਕਰੋ, ਪਿਛਲੀ ਨੇ ਕੀਤਾ ਸੀਗਾ। ਤੇ ਇਹ ਪਿਰਤ ਨੂੰ ਰੋਕਣਾ ਜ਼ਰੂਰੀ ਹੈ, ਕਿਉਂਕਿ ਜੇ ਉਹ ਨਹੀਂ ਕਰੂਗਾ ਜਿਹੜਾ ਉੱਥੋਂ ਦਾ ਲੀਡਰ ਹੋਊਗਾ, ਕਹੂਗਾ ਯਾਰ ਤੂੰ ਤਾਂ ਢਿੱਲਾ ਲੀਡਰ ਆ, ਫਲਾਣੇ ਨੇ ਏਦਾਂ ਕਾਗਜ਼ ਰੱਦ ਕਰਾਤੇ ਸੀਗੇ। ਇਹ ਚੱਲੀ ਜਾਣਾ ਸਿਲਸਿਲਾ, ਇਹਨੂੰ ਰੋਕਣ ਵਾਸਤੇ ਹਾਈ ਕੋਰਟ ਦੇ ਵਿੱਚ ਕੱਲ ਅਸੀਂ ਜਾਵਾਂਗੇ ਤੇ ਅੰਜਾਮ ਤੱਕ ਲੜਾਂਗੇ ਇਸ ਕੇਸ ਨੂੰ। ਮੈਂ ਉਹਨਾਂ ਅਧਿਕਾਰੀਆਂ ਨੂੰ ਕਹਿਣਾ ਵੀ ਅੱਜ ਦਾ ਦਿਨ ਆ ਤੁਹਾਡੇ ਕੋਲੇ, ਇਹ ਸਾਰੇ ਜਿੰਨੇ ਕਾਗਜ਼ ਆਰਓ ਕੋਲੋਂ ਵੀਡੀਓ ਦਫ਼ਤਰਾਂ ਦੇ ਵਿੱਚੋਂ ਜਿਹੜੀਆਂ ਗਲਤ ਰਿਪੋਰਟਾਂ ਤੁਸੀਂ ਦਿੱਤੀਆਂ ਉਹ ਅੱਜ ਠੀਕ ਕਰਾ ਲਓ ਆਪਣੇ ਆਪ ਜਾ ਕੇ। ਕੱਲ ਸਵੇਰੇ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਵਾਂਗੇ, ਸਾਰੇ ਡੰਗੇ ਜਾਓਗੇ, ਮੈਂ ਤੁਹਾਨੂੰ ਕਹਿਣਾ ਯਾਰ ਸਾਰੇ ਡੰਗੇ ਜਾਓਗੇ। ਕਿਵੇਂ ਪ੍ਰੂਫ ਕਰੋਗੇ? ਹੁਣ ਇੱਕ ਪਿੰਡ ਆ ਜਿਸ ਪਿੰਡ ਦੇ ਵਿੱਚ ਕਹਿੰਦੇ ਰੈਂਪ, ਉਹਦਾ ਗਲੀ ਦੇ ਵਿੱਚ ਰੈਂਪ ਆ, ਤੁਸੀਂ ਕਿਵੇਂ ਪ੍ਰੂਫ ਕਰੋਗੇ ਜਿਹੜਾ ਰੈਂਪ ਹੈ ਹੀ ਨਹੀਂ ਗਲੀ ਦੇ ਵਿੱਚ? ਟੰਗੇ ਜਾਓਗੇ ਤੁਸੀਂ? ਕਹਿੰਦੇ ਵੀ ਕਿੱਲਾ ਕੱਢਿਆ ਹੋਇਆ ਬਿਜਲੀ ਦੇ ਵਿੱਚ, ਜੇ ਕਿੱਲਾ ਦਿਖੂਗਾ ਹੀ ਨਹੀਂ ਬਿਜਲੀ ਦੇ ਵਿੱਚ ਫਿਰ ਕਿਵੇਂ ਪ੍ਰੂਫ ਕਰੋਗੇ ਤੁਸੀਂ ਇਹ ਚੀਜ਼ਾਂ ਨੂੰ? ਸੋ ਮੈਂ ਸਮਝਦਾ ਬੜੇ ਬਚਕਾਨਾ ਤੁਹਾਡੇ ਤੋਂ ਗੱਲਾਂ ਕਰਵਾ ਲਈਆਂ, ਤੁਹਾਨੂੰ ਇਸ ਤਰ੍ਹਾਂ ਨਾਲ ਕਿਡਨੈਪ ਕਰਕੇ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ, ਪਰ ਇਹਨੂੰ ਠੀਕ ਕਰ ਲਓ, ਇਹਨੂੰ ਦਰੁਸਤ ਕਰ ਲਓ। ਕੱਲ ਹਾਈ ਕੋਰਟ ਦੇ ਵਿੱਚ ਜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅੰਜਾਮ ਤੱਕ ਲੈ ਕੇ ਜਾਵਾਂਗੇ ਸਾਰੇ ਮਸਲੇ ਨੂੰ। ਇਹ ਲੋਕ ਰਾਜ ਦੀ ਮੁੱਢਲੀ ਇਕਾਈ ਹੁੰਦੀ ਆ ਪੰਚਾਇਤੀ ਰਾਜ ਸਿਸਟਮ, ਮੁੱਢਲੀ ਇਕਾਈ। ਆਪਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਆਪਣੀ ਬੈਗ ਤੇ ਲਾ ਲਈਆਂ ਤੇ ਉਹਨਾਂ ਵਰਗੀ ਪੱਗ ਬੰਨ ਕੇ ਕਿਹੋ ਜਿਹੇ ਕੰਮ ਕਰ ਰਹੇ ਯਾਰ? ਦੱਸ ਦੇ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੀਆਂ ਵੋਟਾਂ ਪੈਣਗੀਆਂ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਕੀਤੀ ਜਾਵੇਗੀ ਅਤੇ ਗਿਣਤੀ ਚੋਣਾਂ ਤੋਂ ਬਾਅਦ ਉਸੇ ਦਿਨ ਹੀ ਕੀਤੀ ਜਾਵੇਗੀ ਤੇ ਉਸ ਦਿਨ ਹੀ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਚਾਇਤੀ ਚੋਣਾਂ ਦੇ ਵਿੱਚ ਹੋਈਆਂ ਨਾਮਜ਼ਦਗੀਆਂ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਕਿਹਾ ਕਿ ਉਹ ਇਕੱਲੇ ਕਾਂਗਰਸ ਦੇ ਨਹੀਂ, ਸਾਰਿਆਂ ਦੇ ਮੈਂਬਰ ਪਾਰਲੀਮੈਂਟ ਨੇ, ਇਸ ਕਰਕੇ ਉਹ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦੇਣਗੇ। ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦੇ ਵਿੱਚ ਨਾਮਜ਼ਦਗੀਆਂ ਭਰਨ ਦਾ ਕੰਮ ਖਤਮ ਹੋ ਚੁੱਕਿਆ ਹੈ। ਇਹਨਾਂ ਨਾਮਜ਼ਦਗੀਆਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੀ ਵੀ ਕਾਗਜ਼ ਰੱਦ ਨਹੀਂ ਹੋਣ ਦੇਣਗੇ। ਇਸ ਬਾਬਤ ਉਹਨਾਂ ਨੇ ਅਫਸਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਹ ਸਾਰਿਆਂ ਦੇ MP ਨੇ, ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਹਾਰਦੇ ਹਾਂ ਉੱਥੇ ਕਾਗਜ਼ ਕੈਂਸਲ ਕਰਾ ਦੇ। ਸੋ ਮੈਂ SDM ਨੂੰ ਕਹਿ ਕੇ ਆਇਆ ਤੇ ਆਰਓ ਸਾਹਿਬਾਨਾਂ ਨੂੰ ਕਹਿ ਕੇ ਆਇਆ ਕਿ ਕਿਰਪਾ ਕਰਕੇ ਐਸੀ ਕੋਈ ਗਲਤੀ ਨਾ ਕਰਿਓ ਜਿਹੜਾ ਤੁਹਾਨੂੰ ਹਰਜਾਨਾ ਭੁਗਤਣਾ ਪਵੇ। ਸਮਾਂ ਆਉਂਦਾ ਜਾਂਦਾ ਰਹਿੰਦਾ ਔਰ ਈਵਨ ਡੀਪ ਡਿਪਟੀ ਕਮਿਸ਼ਨਰ ਨੂੰ ਵੀ ਮੈਂ ਗੱਲ ਕਹੀ ਹੈ
ਔਰ ਮੈਂ ਇਹ ਬੀ ਡੀ ਪੀ ਓ ਫੋਨ ਨਹੀਂ ਚੱਕ ਰਿਹਾ, ਉਹਨੂੰ ਵੀ ਕਹਿਣਾ ਚਾਹੁੰਦਾ, ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਇਹਨੇ ਕਬਜ਼ਾ ਕੀਤਾ, ਫਲਾਂ ਕੀਤਾ, ਪੂਰੀ ਰਿਪੋਰਟ ਆ ਰਹੀ ਹੈ, ਰਿਪੋਰਟ ਮੰਗਾ ਰਹੇ ਹੈ। ਇਸ ਤਰ੍ਹਾਂ ਦੀ ਅਗਰ ਕੋਈ ਗੱਲ ਹੋਏਗੀ ਤਾਂ ਫਿਰ ਅਸੀਂ ਜ਼ਰੂਰ ਲੜਾਈ ਲੜਾਂਗੇ। ਅਸੀਂ ਇਹ ਚਾਹੁੰਦੇ ਹਾਂ ਪੂਰੇ ਜ਼ਿਲ੍ਹੇ 'ਚ ਇੱਦਾਂ ਦਾ ਹੋ ਰਿਹਾ, ਮੁਕਤਸਰ 'ਚ ਵੀ ਹੋ ਰਿਹਾ, ਇੱਥੇ ਵੀ ਹੋ ਰਿਹਾ। ਸੋ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਚੱਲੇਗਾ ਤਾਂ ਫਿਰ ਅਸੀਂ ਅਫਸਰਾਂ ਨੂੰ ਐਂ ਜਾਣ ਨਹੀਂ ਦੇਣਾ। ਹਾਂ, ਫਿਰ ਕੋਈ ਇਹ ਨਾ ਸੋਚੇ ਵੀ ਆਪਦਾ ਵੀ ਅਸੀਂ ਜਾਵਾਂਗੇ। ਬਿਲਕੁਲ, ਇਲੈਕਸ਼ਨ ਹੋਵੇ, ਚੁਣਾਵ ਹੋਵੇ, ਜਿਹੜਾ ਵਿਅਕਤੀ ਜਿੱਤਦਾ ਚਾਹੇ ਉਹ ਕਿਸੇ ਪਾਰਟੀ ਦਾ, ਚਾਹੇ ਉਹ ਮੈਂਬਰ ਆ, ਹੁਣ ਕਿਸੇ ਦਾ ਹੱਕ ਥੋੜੀ ਖੋ ਸਕਦੇ। ਔਰ ਪਿੰਡਾਂ ਦੇ ਵਿਰੋਧ ਲੋਕ ਕਰਨਗੇ ਇਸ ਗੱਲ ਦਾ, ਜਿੱਥੇ ਜਿੱਥੇ ਕਾਗਜ਼ ਕੈਂਸਲ ਕਰਾਉਣ ਦੀ ਕੋਸ਼ਿਸ਼ ਕੀਤੀ ਨਾ, ਉਹ ਦੱਸ ਦੇਣਗੇ ਲੋਕ। ਕਾਂਗਰਸ ਦਾ ਕੀ ਰਹੂਗਾ? ਮੈਂ ਕਾਂਗਰਸ ਦਾ ਕਰਕੇ ਨਹੀਂ ਆਇਆ, ਮੈਂ ਸਾਰੇ ਬੰਦਿਆਂ ਦਾ, ਚਾਹੇ ਬੇਕਾਂਗਰਸੀ ਵੀ ਕੋਈ ਇੱਥੇ ਇੰਡੀਪੈਂਡੈਂਟ ਵੀ ਹੈ, ਉਹਦੀ ਵੀ ਲੜਾਈ ਲੜੂੰਗਾ। ਕਾਗਜ਼ ਨਹੀਂ ਕਿਸੇ ਦੇ ਕੈਂਸਲ ਹੋਣਗੇ, ਕਿਸੇ ਦੇ ਵੀ। ਕੱਲਾ ਕਾਂਗਰਸੀ ਥੋੜੇ ਦਾ ਐਮਪੀ ਹੈ, ਮੈਂ ਸਾਰਿਆਂ ਦਾ ਐਮਪੀ ਹੈ, ਸਾਰੇ ਮੇਰੇ ਬੰਦੇ। ਕੋਈ ਆਜ਼ਾਦ ਹੈ, ਕੋਈ ਕੋਲ ਹੈ, ਹਰਾਸਮੈਂਟ ਹੈ, ਲੋਕਾਂ ਨੂੰ ਪਾਗਲ ਕਰਤਾ। 4 ਵਜੇ ਲਿਸਟ ਲਾਉਣੀ ਸੀ, ਇਹਨਾਂ ਦੇ ਅਫਸਰਾਂ ਤੋਂ ਲਿਸਟ ਨਹੀਂ ਲੱਗੀ, ਕਿਉਂਕਿ ਜਿਹੜੇ ਲੋਕਲ ਲੋਕ ਨੇ, ਲੀਡਰ ਨੇ ਆਮ ਆਦਮੀ ਪਾਰਟੀ ਦੇ, ਉਹ ਫਾਈਲਾਂ ਲੈ ਗਏ, ਉਹ ਦੱਸ ਰਹੇ ਵੀ ਯਾਰ ਤੇ ਓਬਜੈਕਸ਼ਨ ਲਾ ਦੇ, ਯਾਰ ਤੇ ਓਬਜੈਕਸ਼ਨ ਲਾ ਦੇ, ਪਰ ਇਹ ਹੋਣ ਨਹੀਂ ਦੇਣਾ। ਇਹ ਕੋਈ ਐ ਖੜਾਈ ਦਾ ਵਾਲਾ ਨਹੀਂ ਗਾ, ਜਿਹੜਾ ਮਰਜ਼ੀ ਚਲਾ ਦੂਗਾ। ਦੇਖੋ, ਵੈਸੇ ਤਾਂ 4 ਵਜੇ ਲਿਸਟਾਂ ਲਾ ਦੇਣੀਆਂ ਚਾਹੀਦੀਆਂ ਸਕੂਟਨਿੰਗ ਕਰਕੇ, ਲੇਕਿਨ ਜਾਣ ਬੁੱਝ ਕੇ ਓਬਜੈਕਸ਼ਨ ਲਾਏ ਜਾ ਰਹੇ ਆ, ਜਾਣ ਬੁੱਝ ਕੇ ਉਹਨਾਂ ਦੀ ਇਨਕੁਆਇਰੀ ਹੋ ਰਹੀ ਹੈ, ਲੋਕ ਵਿਚਾਰੇ ਸੜਕਾਂ ਤੇ ਤੁਰੇ ਫਿਰਦੇ ਆ, ਕਿੰਨੇ ਲੋਕ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਤੇ ਉਸੇ ਦਿਨ ਹੀ ਨਤੀਜੇ ਵੀ ਆ ਜਾਣੇ ਨੇ। ਹੁਣ ਦੇਖਣਾ ਹੋਵੇਗਾ ਕਿ ਕਿਹੜੀਆਂ ਤਰ੍ਹਾਂ ਦੇ ਉਮੀਦਵਾਰ ਬਾਜ਼ੀ ਮਾਰਦੇ ਨੇ। ਕਿਸਾਨ ਆਗੂ ਸਰਵਿੰਦਰ ਸਿੰਘ ਪੰਧੇਰ ਦਾ ਵੱਡਾ ਬਿਆਨ ਸਾਹਮਣੇ ਆਇਆ। ਇਸ ਦੌਰਾਨ ਪੰਧੇਰ ਨੇ ਹਰਿਆਣਾ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਅਤੇ ਸਰਕਾਰਾਂ ਨੂੰ ਮੰਗਾਂ ਪੂਰੀਆਂ ਕਰਨ ਦੀ ਗੱਲ ਆਖੀ। ਪੰਧੇਰ ਨੇ ਪੰਜਾਬ ਸਰਕਾਰ ਨੂੰ ਝੋਨੇ ਦੀ ਫਸਲ 'ਚ ਕੋਈ ਰੁਕਾਵਟ ਨਾ ਆਉਣ ਦੀ ਵੀ ਸਿੱਧੀ ਚੇਤਾਵਨੀ ਦਿੱਤੀ। ਜਿੱਥੇ ਆਪਣੀ ਮੰਗਾਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਤਾਂ ਉੱਥੇ ਕਿਸਾਨਾਂ ਦੇ ਵੱਲੋਂ ਸਮੇਂ-ਸਮੇਂ ਤੇ ਸਰਕਾਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ। ਪਹਿਲਾਂ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੁੰਦੀਆਂ ਸੀ, ਪਰ ਬੀਤੇ ਦਿਨੀ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕੀਤੀ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਕੁਝ ਨਵੇਂ ਕਦਮ ਚੁੱਕਣ ਦਾ ਫੈਸਲਾ ਲੈ ਲਿਆ, ਜਿਸ ਉੱਤੇ ਬੋਲਦੇ ਹੋਏ ਕਿਸਾਨ ਆਗੂ ਸਰਵਿੰਦਰ ਸਿੰਘ ਪੰਧੇਰ ਦਾ ਵੱਡਾ ਬਿਆਨ ਸਾਹਮਣੇ ਆਇਆ, ਜਿਸ 'ਚ ਪੰਧੇਰ ਨੇ ਹਰਿਆਣਾ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ 8 ਤਾਰੀਖ ਆਉਣ ਵਾਲੀ ਹੈ, ਜਿਸ ਨਾਲ ਪਤਾ ਲੱਗ ਜਾਵੇਗਾ ਕਿ ਸ਼ੰਭੂ ਬਾਰਡਰ ਖੁੱਲ੍ਹਣਾ ਹੈ ਜਾਂ ਫਿਰ ਨਹੀਂ। ਇਸ ਦੇ ਨਾਲ ਹੀ ਪੰਧੇਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿੱਥੇ ਵੀ ਝੋਨੇ ਦੀ ਖਰੀਦ ਰੁਕੇਗੀ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਸੇ ਥਾਂ ਉੱਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੈਂ ਸਰਵਣ ਸਿੰਘ ਪੰਧੇਰ ਇਸ ਵੇਲੇ ਸ਼ੰਭੂ ਮੋਰਚੇ ਤੇ ਖੜਾ ਜੀ। ਤੁਹਾਨੂੰ ਮੇਰੇ ਪਿੱਛੇ ਕੇਂਦਰ ਵੱਲੋਂ ਕੱਢੀਆਂ ਹੋਈਆਂ ਕੰਧਾਂ ਵੀ ਦੀਦੀਆਂ ਹੋਣਗੀਆਂ। ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ MSP ਲੀਗਲ ਗਰੰਟੀ ਕਾਨੂੰਨ ਬਣਾਉਣ ਲਈ, ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫੀ, ਫਸਲੀ ਬੀਮਾ ਯੋਜਨਾ, ਮਜ਼ਦੂਰਾਂ ਦੀ ਨਰੇਗਾ, ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਲਈ, ਇਹ ਸਾਰੀਆਂ ਗੱਲਾਂ ਤੇ ਅੰਦੋਲਨ ਕਰ ਰਹੇ ਆ। ਔਰ ਸਾਨੂੰ ਇੱਥੇ 13 ਫਰਵਰੀ ਤੋਂ ਰੋਕਿਆ ਗਿਆ। ਔਰ ਜਿਵੇਂ ਖੱਟਰ ਸਾਹਿਬ ਕਹਿੰਦੇ ਸੀ ਵੀ ਇਹਦੇ ਨਾਲ ਹਰਿਆਣਾ ਦੇ ਲੋਕ ਖੁਸ਼ ਹੈਗੇ ਆ, ਜਿਵੇਂ ਇੱਥੇ ਡਰੋਨਾਂ ਰਾਹੀਂ ਸਾਡੇ ਤੇ ਹੰਝੂਗਾਂ ਦਾ ਇਸਤੇਮਾਲ ਹੋਇਆ, ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ, ਫਿਰ ਬੁਲਟ SLR ਵੀ ਚੱਲੀ ਤੇ 12 ਬੋਰ ਵੀ ਚੱਲੀ, 433 ਕਿਸਾਨ ਸਾਡੇ ਜ਼ਖਮੀ ਹੋਏ, 6 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ, ਔਰ ਸ਼ਹੀਦ ਸ਼ੁਭਕਰ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਇਹਦੇ ਬੁਰੇ ਪ੍ਰਭਾਵ ਪਏ, ਆਮ ਲੋਕਾਂ ਨੂੰ, ਟਰਾਂਸਪੋਰਟਰਾਂ ਨੂੰ ਵੱਡੀਆਂ ਤਕਲੀਫਾਂ ਸਹਿਣੀਆਂ ਪਈਆਂ, ਪਰ ਖੱਟਰ ਸਾਹਿਬ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਰੋਕ ਕੇ ਖੁਸ਼ੀ ਕਮਾਈ ਆ। ਔਰ ਜਿਵੇਂ ਜਿਹੜੇ ਅਫਸਰਾਂ ਨੇ ਕਿਸਾਨਾਂ ਦੇ ਜ਼ੁਲਮ ਕੀਤੇ ਉਹਨਾਂ ਨੂੰ ਸਨਮਾਨ ਕਰਨ ਦਾ ਵੀ ਜ਼ੋਰ ਲੱਗਾ, ਬੇਸ਼ੱਕ ਉਹ ਸਫਲ ਨਹੀਂ ਹੋ ਸਕੇ। ਇਹਨਾਂ ਗੱਲਾਂ ਨੂੰ ਲੈ ਕੇ ਔਰ ਜਿਹੜੀ
70,000 ਅਰਧ ਸੈਨਿਕ ਫੋਰਸ ਲਾਏ ਸੀ ਹਰਿਆਣੇ ਦੇ ਵਿੱਚ। ਇਹਨਾਂ ਮਸਲਿਆਂ ਤੇ ਮੁੱਦੇ ਗੂੰਜਦੇ ਰਹੇ ਹਰਿਆਣੇ ਦੀ ਇਲੈਕਸ਼ਨ ਵਿੱਚ, ਔਰ ਹੁਣ ਕੱਲ ਇਹ ਗੱਲਾਂ ਦਾ 8 ਨੂੰ ਜਿਹੜੀ ਕੱਲ ਵੋਟਿੰਗ ਉਹਦਾ 8 ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਵੀ ਕੀ ਕੀ ਸਹੀ ਸੀ ਕੀ ਕੀ ਗੱਲ ਸੀ। ਜਿਹੜੇ ਕਹਿੰਦੇ ਸੀ ਵੀ ਇਹ ਬਾਰਡਰ ਖੋਲਾਂਗੇ ਉਹਨਾਂ ਦਾ ਵੀ 8 ਤੋਂ ਬਾਅਦ ਪਤਾ ਲੱਗ ਜੂ, ਔਰ ਇਸ ਬਾਰਡਰ ਦਾ ਭਵਿੱਖ ਵੀ ਜਾਣੀ 8 ਵਾਲੇ ਦਿਨ ਖੁੱਲ ਜੂਗਾ ਵੀ ਇਹ ਖੁੱਲਦਾ ਕਿ ਨਹੀਂ ਖੁੱਲਦਾ ਹੈਗਾ। ਔਰ ਜਿਹੜੇ ਇਹ ਦਾਅਵਾ ਕਰਦੇ ਸੀ ਵੀ ਸਾਡੀ ਪਾਲਿਸੀ ਸਹੀ ਆ, ਉਹਨਾਂ ਨੂੰ ਵੀ ਜਵਾਬ ਮਿਲੂਗਾ। ਔਰ ਇਹਦੇ ਨਾਲ ਦੀ ਨਾਲ ਅਸੀਂ ਕਹਿੰਦੇ ਹਾਂ ਮੋਦੀ ਸਾਹਿਬ ਦੇ ਹੁੰਦਿਆਂ ਅਸੀਂ MSP ਲੀਗਲ ਗਰੰਟੀ ਕਾਨੂੰਨ ਲਾਵਾਂਗੇ ਤੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਾਂਗੇ। ਕੱਲ ਜਿਹੜੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਝੋਨੇ ਦੀ ਖਰੀਦ ਤੇ ਉਹ ਕਹਿ ਰਹੇ ਵੀ ਜਲਦੀ ਫੈਸਲਾ ਕਰਕੇ ਨਿਪਟਾਰਾ ਕਰ ਦਾਂਗੇ। ਜੇਕਰ ਝੋਨੇ ਦੀ ਖਰੀਦ ਨਾ ਹੋਈ ਤਾਂ ਦੋਵਾਂ ਫੋਰਮਾਂ ਦਾ ਫੈਸਲਾ, ਜਿੱਥੇ ਜਿੱਥੇ ਵੀ ਝੋਨੇ ਦੀ ਖਰੀਦ ਰੁਕੂਗੀ ਉੱਥੇ ਉੱਥੇ ਅੰਦੋਲਨ ਹੋਊਗਾ। ਜਿੱਥੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀਆਂ ਦਿੱਤੀਆਂ ਨੇ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਕਿਸਾਨਾਂ ਵੱਲੋਂ ਦਿੱਲੀ ਜਾਣ ਦੇ ਲਈ ਹੋਰ ਕਿਹੜੇ ਹੱਥ ਕੰਡੇ ਅਪਣਾਏ ਜਾਂਦੇ ਨੇ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਨ ਨੇ ਵੀਡੀਓ ਜਾਰੀ ਕਰਕੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਵਾਰਿਸ ਪੰਜਾਬ ਜਥੇਬੰਦੀ ਦੇ 30 ਨੌਜਵਾਨ ਜੋ ਇਸ ਸਮੇਂ ਅਜਨਾਲਾ ਪੁਲਿਸ ਕਾਂਡ ਦੇ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨੇ, ਹੁਣ ਇਹਨਾਂ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਵੇਗਾ। ਅਜਨਾਲਾ ਪੁਲਿਸ ਕਾਂਡ ਦੇ ਦੋਸ਼ ਦੇ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ 30 ਨੌਜਵਾਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਨੇ ਜੋ ਇਹਨਾਂ ਨੌਜਵਾਨਾਂ ਦੇ ਖਿਲਾਫ਼ 307 ਦਾ ਝੂਠਾ ਪਰਚਾ ਦਰਜ ਕੀਤਾ ਅਤੇ ਜੋ ਨੌਜਵਾਨਾਂ ਦੇ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਨੇ ਉਸਦੇ ਖਿਲਾਫ਼ ਉਹਨੂੰ ਸੁਪਰੀਮ ਕੋਰਟ ਦਾ ਰੁਖ ਕਰਨਗੇ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਸਾਨੂੰ ਜ਼ਰੂਰ ਇਨਸਾਫ ਮਿਲੇਗਾ। ਦੋਸਤੋ, ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਹਾਂ ਅਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ 'ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇੰਸੀਡੈਂਟ, ਉਸਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਅਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਨੇ ਅਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ 2.5 ਸਾਲ ਹੋ ਚੁੱਕੇ ਨੇ ਅਤੇ ਹੁਣ ਜੋ ਸਰਕਾਰ ਦੀ ਵਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਣਯੋਗ ਸੁਪਰੀਮ ਕੋਰਟ ਵੱਲ ਜੋ ਰੁੱਖ ਕਰਨ ਲੱਗੇ ਹਾਂ, ਇਹ ਸਾਨੂੰ ਇਨਸਾਫ ਹੈ, ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇਗਾ। ਬਾਕੀ ਜਿਹੜੇ ਸਾਰੇ ਸਿੰਘ ਚੜ੍ਹਦੀ ਕਲਾ 'ਚ, ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਦੱਸਦੇ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ। ਸੋਸ਼ਲ ਮੀਡੀਆ ਐਕਸ ਦੇ ਇੱਕ ਟਵੀਟ ਦੇ ਵਿੱਚ ਉਹਨਾਂ ਲਿਖਿਆ ਕਿ ਸਮੂਹ ਸੰਗਤਾਂ ਦੀ ਅਪੀਲ ਤੇ ਲੰਬੀ ਵਿਚਾਰ ਮਗਰੋਂ ਅਸੀਂ ਇਹ ਫੈਸਲਾ ਲਿੱਤਾ ਹੈ। ਪੰਜਾਬ ਦੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠਣ ਦੇ ਲਈ ਪੰਜਾਬ ਨੂੰ ਇੱਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ। ਅਕਾਲੀ ਦਲ ਦੇ ਹਾਸ਼ੀਏ ਉੱਤੇ ਜਾਣ ਕਾਰਨ ਸਿੱਖਾਂ ਦੇ ਮੁੱਦੇ ਸਿਆਸਤ 'ਚੋਂ ਲਗਭਗ ਮਨਫੀ ਹੋ ਚੁੱਕੇ ਨੇ ਅਤੇ ਹੋਰ ਪੰਥਕ ਅਖਵਾਉਣ ਵਾਲੀਆਂ ਧਿਰਾਂ ਜ਼ਮੀਨੀ ਪੱਧਰ ਉੱਤੇ ਸੰਗਤਾਂ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਅਸਫਲ ਰਹੀਆਂ ਨੇ। ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਦੇ ਲਈ ਸੰਘਰਸ਼ ਲੜਨਾ ਹੈ। ਪੰਥ ਪੰਜਾਬ ਦੀਆਂ ਮੰਗਾਂ ਅਤੇ ਹੱਕਾਂ ਦੀ ਪੂਰਤੀ ਲਈ ਇੱਕ ਮਤਾ ਵੀ ਸੰਗਤਾਂ ਅੱਗੇ ਛੇਤੀ ਪੇਸ਼ ਕਰੇਗਾ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਆਧਾਰ ਬਣੇਗਾ।
ਵੱਖ-ਵੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਧੀਰਾਂ ਨੂੰ ਇੱਕ ਨਿਸ਼ਾਨ ਹੇਠਾਂ ਇਕੱਠੇ ਕਰਕੇ ਇਸ ਸੰਘਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ਸਾਡਾ ਜੀਵਨ ਪਹਿਲਾਂ ਵੀ ਪੰਥ ਪੰਜਾਬ ਨੂੰ ਸਮਰਪਿਤ ਸੀ ਅਤੇ ਅੱਗੇ ਵੀ ਹਰ ਸਾਧ ਸੰਗਤਾਂ ਨੂੰ ਸਮਰਪਿਤ ਰਹੇਗਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਦਿੱਲੀ ਦੇ 76 ਸਟੇਡੀਅਮ ਦੇ ਵਿੱਚ ਇੱਕ ਵੱਡੀ ਜਨ ਸਭਾ ਨੂੰ ਸੰਬੋਧਿਤ ਕੀਤਾ ਗਿਆ ਤੇ ਆਪਣੇ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਤਿੱਖਾ ਹਮਲਾ ਬੋਲਿਆ ਤੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਆਪਣੇ 22 ਸੂਬਿਆਂ ਦੇ ਵਿੱਚ ਬਿਜਲੀ ਫ੍ਰੀ ਕਰ ਦਿੰਦੇ ਹੋ ਤਾਂ ਦਿੱਲੀ ਵਿੱਚ ਮੈਂ ਤੁਹਾਡਾ ਪ੍ਰਚਾਰ ਕਰਾਂਗਾ। ਦਿੱਲੀ ਦੇ 76 ਸਟੇਡੀਅਮ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਉੱਤੇ ਜੰਮ ਕੇ ਨਿਸ਼ਾਨੇ ਵੀ ਨੇ। ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ 10 ਸਾਲ ਦੇ ਕਾਰਜਕਾਲ ਦੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਭਾਜਪਾ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਲੇ ਸਾਲ 75 ਸਾਲ ਦੇ ਹੋਣ ਜਾ ਰਹੇ ਨੇ। ਜੇਕਰ ਪ੍ਰਧਾਨ ਮੰਤਰੀ ਮੋਦੀ ਆਪਣੇ 22 ਸੂਬਿਆਂ ਦੇ ਵਿੱਚ ਬਿਜਲੀ ਫ੍ਰੀ ਕਰ ਦਿੰਦੇ ਨੇ ਤਾਂ ਉਹ ਦਿੱਲੀ ਚੋਣਾਂ ਦੇ ਲਈ ਪੀਐਮ ਮੋਦੀ ਦਾ ਪ੍ਰਚਾਰ ਕਰਨਗੇ। ਚਲੋ ਇਨਕੋ ਇੱਕ ਮੌਕਾ ਦੇਤੇ ਹੈ ਇਨਸੇ ਯੇ ਪੁੱਛਣਾ ਕੇਜਰੀਵਾਲ ਨੇ ਬਿਜਲੀ ਫ੍ਰੀ ਕਰ ਦੀ। ਆਜ ਇਨਕੀ 22 ਰਾਜਿਓ ਮੇ ਸਰਕਾਰੇ ਹੈ, ਇਨਸੇ ਪੁੱਛਣਾ ਏਕ ਰਾਜ੍ਯ ਬਤਾ ਦੋ ਜਹਾਂ ਤੁਮਨੇ ਬਿਜਲੀ ਫ੍ਰੀ ਕਰੀ ਹੋ। ਏਕ ਰਾਜ੍ਯ ਬਤਾ ਦੋ, ਗੁਜਰਾਤ ਮੇ, ਰਾਜਸਥਾਨ ਮੇ, ਮੱਧ ਪ੍ਰਦੇਸ਼ ਮੇ, ਛੱਤੀਸਗੜ੍ਹ ਮੇ, ਉੱਤਰ ਪ੍ਰਦੇਸ਼ ਮੇ, ਉੱਤਰਾਖੰਡ ਮੇ, ਕਹੀਂ ਇਨ੍ਹੋਂਨੇ ਬਿਜਲੀ ਫ੍ਰੀ ਕਰੀ ਹੋ। ਇਨਕੀ 22 ਰਾਜ੍ਯੋ ਮੇ ਸਰਕਾਰ ਹੈ, ਹਮਨੇ ਦਿੱਲੀ ਕੇ ਅੰਦਰ ਗਰੀਬੋਂ ਕੇ ਲੀਏ ਸ਼ਿਕਸ਼ਾ ਸ਼ਾਨਦਾਰ ਕਰ ਦੀ, ਸਰਕਾਰੀ ਸਕੂਲ ਅੱਛੇ ਕਰ ਦੀਏ। ਯੇ ਆਏ ਆਪਕੇ ਪਾਸ ਔਰ ਕਹੇ ਹਮ ਕੇਜਰੀਵਾਲ ਕੇ ਸਾਰੇ ਕਾਮ ਕਰੇਂਗੇ, ਇਨਸੇ ਪੁੱਛਣਾ ਕੌਨ ਸੇ ਰਾਜ ਕੇ ਅੰਦਰ ਤੁਮਨੇ ਸਕੂਲ ਠੀਕ ਕਰੇ। ਗੁਜਰਾਤ ਮੇ 30 ਸਾਲ ਸੇ ਇਨਕੀ ਸਰਕਾਰ ਹੈ, ਏਕ ਸਕੂਲ ਦਿਖਾ ਦੋ। ਮੈਂ ਗੁਜਰਾਤ ਗਿਆ ਥਾ ਪ੍ਰਚਾਰ ਕਰਨੇ ਕੇ ਲੀਏ ਪਿਛਲੀ ਵਾਰ 2 ਸਾਲ ਪਹਿਲੇ, ਏਕ ਸਕੂਲ ਨਹੀਂ ਮਿਲਾ ਜੋ ਇਨ੍ਹੋਂਨੇ ਠੀਕ ਕਰਾ। ਗਰੀਬੋ ਕੀ ਸ਼ਿਕਸ਼ਾ ਕਾ ਸਤਿਆਨਾਸ਼ ਕਰ ਦਿਆ ਇਨ ਲੋਗੋਂ ਨੇ। 22 ਰਾਜ੍ਯੋ ਮੇ ਇਨਕੀ ਸਰਕਾਰ ਹੈ, ਏਕ ਕਾਮ ਬਤਾ ਦੇਂ, ਏਕ ਕਾਮ ਜੋ ਇਨ੍ਹੋਂਨੇ ਅੱਛਾ ਕਾਮ ਕਰਾ ਵੋ 22 ਰਾਜ੍ਯੋ ਕੇ ਅੰਦਰ। ਮੈਂ ਆਜ ਮੋਦੀ ਜੀ ਕੋ ਕਹਿਣਾ ਚਾਹਤਾ ਹੂੰ, ਪ੍ਰਧਾਨ ਮੰਤਰੀ ਜੀ, ਅਗਲੀ ਸਾਲ 17 ਸਤੰਬਰ ਕੋ ਆਪ 75 ਸਾਲ ਕੇ ਹੋ ਜਾਓਗੇ, ਅਗਲੀ ਸਾਲ 17 ਸਤੰਬਰ ਕੋ ਆਪ ਰਿਟਾਇਰ ਹੋ ਜਾਓਗੇ, ਏਕ ਸਾਲ ਔਰ ਬਚਾ ਆਪਕਾ ਪ੍ਰਧਾਨ ਮੰਤਰੀ ਕਾ। ਮੈਂ ਚੈਲੇਂਜ ਕਰਤਾ ਹੂੰ ਪ੍ਰਧਾਨ ਮੰਤਰੀ ਜੀ, ਇਸ ਏਕ ਸਾਲ ਕੇ ਅੰਦਰ ਆਪ ਆਪਣੇ ਇਨ 22 ਰਾਜ੍ਯੋ ਕੇ ਅੰਦਰ ਕੋਈ ਕਾਮ ਕਰਕੇ ਦਿਖਾ ਦੋ ਜੋ ਦਿੱਲੀ ਕੇ ਅੰਦਰ ਕਾਮ ਹੋਏ। ਬਿਜਲੀ ਮੁਫਤ ਕਰਕੇ ਦਿਖਾ ਦੋ, ਸਕੂਲ ਠੀਕ ਕਰਕੇ ਦਿਖਾ ਦੋ, ਹਸਪਤਾਲ ਠੀਕ ਕਰਕੇ ਦਿਖਾ ਦੋ। ਲੋਕ ਇਹ ਕਹਿ ਰਹੇ ਹੈ 10 ਸਾਲ ਹੋ ਗਏ ਮੋਦੀ ਜੀ ਕੋ ਰਾਜ ਕਰਤੇ ਕਰਤੇ, 10 ਸਾਲ ਮੇਂ ਇਨ੍ਹੋਂਨੇ ਕੁਛ ਨਹੀਂ ਕਰਾ, ਜਬ ਯੇ ਰਿਟਾਇਰ ਹੋਏਂਗੇ ਤੋ ਲੋਕ ਸੋਚੇਂਗੇ ਕਿਆ ਕਰਕੇ ਗਿਆ, ਕੁਛ ਨਹੀਂ ਕਰਕੇ ਗਿਆ। ਆਖਰੀ ਏਕ ਸਾਲ ਮੇਂ ਕਰਕੇ ਜਾਓਗੇ ਤੋ ਲੋਕ ਕਹੇਂਗੇ ਚਲੋ 10 ਸਾਲ ਮੇਂ ਕੁਛ ਨਹੀਂ ਕਿਆ, 11ਵੇਂ ਸਾਲ ਮੇਂ ਤੋ ਕੁਛ ਕਰਕੇ ਗਏ। ਆਜ ਮੈਂ ਮੋਦੀ ਜੀ ਕੋ ਕਹਿਤਾ ਹੂੰ, ਚਲੋ ਕੁਛ ਨਹੀਂ, ਏਕ ਹੀ ਕਾਮ ਕਰ ਦੋ। ਫਰਵਰੀ ਮੇਂ ਦਿੱਲੀ ਕੇ ਚੁਣਾਵ ਹੈ, ਫਰਵਰੀ ਕੇ ਪਹਿਲੇ ਇਨ 22 ਕੇ 22 ਰਾਜ੍ਯੋ ਮੇਂ ਬਿਜਲੀ ਮੁਫਤ ਕਰ ਦੋ, ਦਿੱਲੀ ਕੇ ਚੁਣਾਵ ਮੇਂ ਮੋਦੀ ਜੀ ਕਾ ਪ੍ਰਚਾਰ ਕਰੂੰਗਾ ਮੈਂ। ਇਨ 22 ਰਾਜ੍ਯੋ ਕੇ ਅੰਦਰ ਆਪ ਬਿਜਲੀ ਮੁਫਤ ਕਰਕੇ ਦਿਖਾ ਦੋ, ਜੈਸੇ ਦਿੱਲੀ ਮੇਂ ਹਮਨੇ ਦਿੱਲੀ ਕੇ ਲੋਗੋ ਕੀ ਬਿਜਲੀ ਮੁਫਤ ਕਰੀ ਹੈ, ਆਪਕਾ ਪ੍ਰਚਾਰ ਕੇਜਰੀਵਾਲ ਕਰੇਗਾ ਦਿੱਲੀ ਕੇ ਅੰਦਰ। ਦੱਸਦੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਰਿਆਣਾ ਚੋਣਾਂ ਦੇ ਐਗਜ਼ਿਟ ਪੋਲ ਨੂੰ ਲੈ ਕੇ ਵੀ ਭਾਜਪਾ ਸਰਕਾਰ ਨੂੰ ਘੇਰਿਆ ਗਿਆ। ਹੁਣ ਅੱਗੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਫੇਲ ਹੋ ਗਈ ਹੈ। ਹੁਣ ਲੋਕ ਸਮਝ ਗਏ ਨੇ ਕਿ ਡਬਲ ਇੰਜਨ ਸਰਕਾਰ ਦਾ ਮਤਲਬ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਹੈ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਅੱਜ ਦੀ ਅਹਿਮ ਸੁਰਖੀਆਂ।
ਅਰਸ਼ਦੀਪ ਕਲੇਰ ਨੇ ਕਿਹਾ ਪੰਜਾਬ ਸਰਕਾਰ ਜਲਾਲਾਬਾਦ ਕਾਂਡ ਨੂੰ ਲੈ ਕੇ ਕੀਤੇ ਤਿੱਖੇ ਸਵਾਲ, ਪੰਜਾਬ ਸਰਕਾਰ ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ। ਜਲਾਲਾਬਾਦ ਗੋਲੀ ਕਾਂਡ ਦੀ ਆਪ ਬੁਲਾਰੇ ਨੇ ਕੀਤੀ ਨਿਖੇਧੀ, ਵਿਰੋਧੀਆਂ ਦੇ ਵੱਲੋਂ ਲਾਏ ਗਏ ਗੁੰਡਾਗਰਦੀ ਦੇ ਦੋਸ਼ਾਂ ਦਾ ਦਿੱਤਾ ਜਵਾਬ। ਆਮ ਆਦਮੀ ਪਾਰਟੀ ਨੇ ਕੀਤੀ ਪ੍ਰੈਸ ਕਾਨਫਰੰਸ, ਕਾਨਫਰੰਸ ਦੇ ਵਿੱਚ ਨਾਮਜ਼ਦਗੀ ਭਰਨ ਨੂੰ ਲੈ ਕੇ ਹੋਈ ਚਰਚਾ, ਮਾਲਵਿੰਦਰ ਕੰਗ ਨੇ ਪੇਸ਼ ਕੀਤੇ ਅੰਕੜੇ। ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਫਸਰਾਂ ਨੂੰ ਚੇਤਾਵਨੀ, ਕਿਹਾ ਜੇਕਰ ਐਫੀਡੇਵਿਟ ਠੀਕ ਢੰਗ ਦੇ ਨਾਲ ਨਾ ਭਰਿਆ ਗਿਆ ਤਾਂ ਕਰਾਂਗੇ ਹਾਈਕੋਰਟ ਦਾ ਰੁਖ। ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ, ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।